ਨਾਭਾ ਦੇ 22 ਨੰਬਰ ਵਾਰਡ ਤੋਂ ਕੌਂਸਲਰ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਅਤੇ ਸੋਸ਼ਲ ਮੀਡੀਆ ਤੇ ਵੀ ਆਪਣੀ ਵੀਡੀਓ ਨੂੰ ਵਾਇਰਲ ਕੀਤਾ। ਉੱਥੇ ਦੂਜੇ ਪਾਸੇ ਨਗਰ ਕੌਂਸਲਰ ਨਾਭਾ ਦੇ ਪ੍ਰਧਾਨ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਮੇਰੇ ਉੱਤੇ ਲਗਾਏ ਗਏ ਸਾਰੇ ਇਲਜ਼ਾਮ ਸਰਾਸਰ ਝੂਠੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਸੰਬੰਧੀ ਕੀ ਕਾਰਵਾਈ ਕਰਦੀ ਹੈ। ਕਿਉਂਕਿ ਮੈਂ ਇੱਕ ਲਾਈਵ ਪਾ ਕੇ ਸਰਕਲ ਰੋਡ ਤੇ ਕੁਝ ਕਬਜ਼ੇ ਹੋ ਰਹੇ ਸੀ, ਉਹਦੇ ਬਾਰੇ ਵੀਡੀਓ ਪਾਈ ਤੀ, ਉਦੋਂ ਮੈਨੂੰ ਕੱਢਤਾ ਸੀ ਪਾਰਟੀ ਨੇ ਬਾਹਰ, ਤੇ ਹੁਣ ਤਾਂ ਮੈਂ ਕਾਂਗਰਸ 'ਚ ਤਾਂ ਹੈ ਨਹੀਂ ਇਸ ਟਾਈਮ। ਲੇਕਿਨ ਇੱਕ ਪ੍ਰਧਾਨ ਵੱਲੋਂ ਸਰੇਆਮ ਕੁੱਟ ਕਰਨਾ ਕਿਤੇ ਬੜੀ ਮੰਦਭਾਗੀ ਹੈ। ਮੈਂ ਤਾਂ ਮੀਡੀਆ ਤੋਂ ਵੀ ਹੈਲਪ ਮੰਗਦਾ, ਕਿਉਂਕਿ ਆਪਣਾ ਸ਼ਹਿਰ ਦਾ ਮੁੱਦਾ, ਜੇ ਇਸੇ ਤਰੀਕੇ ਕਰਪਸ਼ਨ ਦਾ ਦਾਗ ਕਰਪਸ਼ਨ ਚੱਲਦੀ ਰਹੀ ਤਾਂ ਆਪਣਾ ਸ਼ਹਿਰ ਤਾਂ ਵੇਚਿਆ ਹੀ ਪਿਆ, ਪਹਿਲਾਂ ਹੀ ਅੱਗੇ ਹੁਣ ਰਹਿ ਗਿਆ ਮਾੜਾ ਮੋਟਾ, ਉਹ ਵੀ ਵਿਕਜੂ। ਇਹ ਬਸ ਇੱਕ ਮੁੱਦਾ ਇਹੀ ਸੀਗਾ ਕਿ ਸਾਨੂੰ ਨੈਣਾ ਦੇਵੀ ਮੰਦਰ ਵਾਲੀ ਸੜਕ ਗਲੀ ਪਾਈ ਜਾਵੇ, ਪਰ ਉਹ ਇੱਕ ਸਾਲ ਤੋਂ ਪਿਛਲੇ ਲਟਕ ਰਹੀ ਹੈ। ਹੁਣ ਹੋ ਜਾਊਗਾ ਕੰਮ, ਹੁਣ ਹੋ ਜਾਊਗਾ, ਪਰ ਉਹ ਕੰਮ ਨਹੀਂ ਹੋਇਆ, ਉਹ ਕੰਮ ਸਿਰੇ ਨਹੀਂ ਚੜਿਆ। ਬਸ ਮੇਨ ਮੁੱਦਾ ਉਹੀ ਬਣਿਆ ਹੋਇਆ, ਉਹਦੇ ਕਰਕੇ ਜੇ ਇਹਨਾਂ ਨੇ ਕੁਛ ਵੀਡੀਓ ਪਾਈ ਹੈ, ਪੋਸਟ ਕੀਤੀ ਹੈ, ਤਾਂ ਉਸ ਗੱਲ ਦਾ ਹੀ ਉਹਨਾਂ ਨੂੰ ਬੁਰਾ ਲੱਗਿਆ। ਅਤੇ ਆ ਕੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਪ੍ਰਧਾਨ ਹੋ ਕੇ, ਨਗਰ ਕੌਂਸਲ ਦਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਹੋ ਕੇ ਵੀ ਦੁਕਾਨ 'ਤੇ ਆ ਕੇ ਕੁੱਟਮਾਰ ਕਰ ਰਿਹਾ, ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਉਸ ਤੋਂ ਇਹ ਉਮੀਦ ਕੀਤੀ ਜਾਂਦੀ ਸਰਕਾਰ ਦਾ ਹੀ ਹੈ, ਉਹਨੂੰ ਸਰਕਾਰ ਦਾ ਆਪਣਾ ਹੈਗਾ ਵੀ ਹਾਂ ਵੀ ਮੇਰਾ ਸਰਕਾਰ ਵਿੱਚ ਆ, ਮੇਰਾ ਕੋਈ ਕੁਛ ਵੀ ਕਾੜ ਨਹੀਂ ਸਕਦਾ। ਬਹੁਤ ਸ਼ਰਮ ਵਾਲੀ ਗੱਲ ਹੈ ਇੱਕ ਪ੍ਰਧਾਨ ਇਹੋ ਜਿਹਾ ਕੰਮ ਕਰ ਰਿਹਾ। ਝੂਠੇ ਨੇ ਪੰਕਜ ਪੱਪੂ ਦਾ, ਜੇ ਹੁਣ ਮੇਰਾ ਛੋਟਾ ਭਰਾ ਏ, ਠੀਕ ਹੈ, ਨਹੀਂ ਮੈਨੂੰ ਇਹ ਨਹੀਂ ਪਤਾ ਵੀ ਇੰਨੀ ਗੰਦੀ ਸਿਆਸਤ ਮਤਲਬ ਲੋਕ ਕਰਦੇ ਨੇ। ਤੁਸੀਂ ਦੇਖ ਲਓ, ਪਹਿਲਾਂ ਸਾਡੇ ਅਕਾਲੀ ਦਲ ਦਾ ਗੋਲੂ ਪ੍ਰਧਾਨ ਸੀ, ਉਹਦੇ ਵਾਸਤੇ ਵੀ ਇਹਨੇ ਆਪ ਇਹ ਭੱਜ ਗਿਆ, ਮੈਂ ਤਾਂ ਜੀ ਕਿਡਨੈਪ ਕਰ ਲਿਆ, ਹੋਰ ਕਰ ਲਿਆ। ਹਰ ਟਾਈਮ ਇਹਨੂੰ ਇੱਕੇ ਚੀਜ਼ ਚਾਹੀਦੀ ਹੈ, ਫੇਸਬੁੱਕ ਵਟਸਐਪ ਦੇ ਉੱਪਰ ਮੈਂ ਹਾਈਲਾਈਟ ਰਹਾਂ, ਮੈਂ ਸਫਾਈ ਕਰ ਰਿਹਾ, ਜੇ ਵਾਰਡ ਦੀ ਸੇਵਾ ਕਰਨੀ ਹੈ, ਡੈਟ ਵਾਸ ਦ ਡਿਊਟੀ ਆਫ ਕੌਂਸਲਰ, ਠੀਕ ਹੈ ਨਹੀਂ। ਹਰ ਇਨਸਾਨ ਦੀ ਇੱਕ ਜੇ ਸੇਵਾ ਕਰ ਰਿਹਾ, ਉਹਨੂੰ ਜ਼ਰੂਰੀ ਥੋੜ੍ਹਾ ਵੀ ਆਪਾਂ ਸ਼ੋਅ ਹੀ ਕਰਨਾ, ਜਿਹੜਾ ਕੰਮ ਹੋ ਰਿਹਾ ਜਨਤਾ ਨੂੰ ਦਿਖੇ ਰਿਹਾ, ਵਾਰਡ ਵਾਸੀਆਂ ਨੂੰ ਵੀ। ਜਿਹੜਾ ਹੁਣੇ ਕੀ ਹੈ, ਪਾਰਟੀ 'ਚੋਂ ਕੁਛ ਸਮਾਂ ਪਹਿਲਾਂ ਇਹਨੂੰ ਸਾਡੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੇ ਇਹਨੂੰ ਇਹ 'ਚੋਂ ਪਾਰਟੀ 'ਚੋਂ ਪਾਰਟੀ ਵਿਰੋਧੀ ਇਹੀ ਫੇਸਬੁੱਕ 'ਤੇ ਪੁੱਠੇ ਸਿੱਧੀਆਂ ਜੀ ਪਾ ਕੇ ਕਰਦਾ ਸੀਗਾ ਗੱਲਾਂ ਬਾਤਾਂ, ਤਾਂ ਇਹਨੂੰ ਕੱਢਿਆ। ਉਹ ਕੱਢਣ ਤੋਂ ਬਾਅਦ ਫਿਰ ਕੀ ਹੈ, ਹੁਣ ਇਹਨੇ ਆਪਣਾ ਹਰ ਟਾਈਮ ਕਦੇ ਕੁਛ ਕਰ ਲਿਆ, ਉਹ ਪਾਰਟੀ ਦਾ ਅਕਸ ਖਰਾਬ ਕਰਨ ਵਾਸਤੇ ਇਹਨੇ ਸਾਰੀਆਂ ਚਾਲਾਂ ਜੀ ਖੇਡੀ ਜਾ ਰਿਹਾ। ਮੈਂ ਕੱਲ੍ਹ ਇਹਦੇ ਕੋਲ ਗਿਆ ਵੀ ਲੰਘਿਆ, ਮੈਂ ਸੀ, ਮੇਰੇ ਨਾਲ ਮੇਰਾ ਦੋਸਤ ਸੀਗੇ ਸੁਰਿੰਦਰ ਸਿੰਧੀ ਹੈ, ਸਾਡੇ ਹਨੀ ਪ੍ਰਧਾਨ ਨੇ ਟਰੱਕ ਯੂਨੀਅਨ ਦੇ, ਠੀਕ ਹੈ ਨੇ। ਉੱਥੇ ਗਏ, ਜਾਣ ਤੋਂ ਬਾਅਦ ਇਹ ਦੁਕਾਨ 'ਤੇ ਬੈਠਾ, ਮੈਂ ਇੱਕ ਸੈਕਿੰਡ ਲਈ ਇਹਦੇ ਕੋਲ ਰੁਕਿਆ, ਰੁਕ ਕੇ ਮੈਂ ਕਿਹਾ ਬਾਈ ਜੀ ਆਹ ਇੱਕ ਰੋਟਰੀ ਕਲੱਬ ਦੀ ਮੇਰੀ ਨੈਕਸਟ ਨਿਊਰ ਸਟਾਰਟ ਹੋਣ ਵਾਲੀ ਆ, ਅਤੇ ਵੀ ਉਹਦੀਆਂ ਲਾਈਟਾਂ, ਇਹਦੇ ਤੋਂ 4-5 ਲੱਖ ਰੁਪਏ ਦਾ ਕੰਮ ਕਰਵਾਇਆ ਸੀ ਰੋਟਰੀ ਕਲੱਬ ਦਾ, ਠੀਕ ਹੈ। ਤੁਸੀਂ ਰੋਟਰੀ ਕਲੱਬ ਦੇ ਮੁਲਾਜ਼ਮਾਂ ਨੂੰ ਇਹਦੇ ਵਾਰਡ ਦੇ ਬੰਦੇ ਲੱਗੇ ਹੋਏ ਨੇ, ਮਿਲਕੀ ਹੋਰੀ ਵੀ ਮੈਂ ਉੱਥੇ 4 ਵਜੇ ਉੱਥੇ ਹੀ ਸੀਗਾ। ਸੋ ਦੈਨ ਇਹਨੂੰ ਲਾਈਟਾਂ ਪਿੱਛੇ ਕਿਹਾ, ਤਾਂ ਮਤਲਬ ਉਹਨੂੰ ਹੋਰ ਤਰੀਕੇ ਜਿੰਨਾ ਮਰਜ਼ੀ ਇਹ ਕਹੀ ਜਾਵੇ, 2 ਮਿੰਟ ਲਈ ਮੈਨੂੰ ਲੱਗਦਾ ਹਾਰਡਲੀ, ਜੇ ਕੋਈ ਉੱਥੇ ਆਲੇ ਦੁਆਲੇ CCTV ਕੈਮਰੇ ਹੋਣ, ਕੋਈ ਵੀ ਚੀਜ਼ ਤੁਸੀਂ ਕ੍ਰੋਸ ਚੈੱਕ ਕਰ ਸਕਦੇ ਹੋ ਕਿ ਮੈਂ ਮੈਕਸੀਮਮ 3 ਮਿੰਟ ਤੋਂ 2 ਮਿੰਟ ਤੋਂ ਵੱਧ ਉੱਥੇ ਖੜਿਆ ਨਹੀਂ ਹੋਣਾ, ਕਿਉਂਕਿ ਜਦ ਆਪਾਂ ਇੱਕ ਹੈ ਹੀ ਨਹੀਂ ਕੋਈ ਇਸ ਤਰ੍ਹਾਂ ਦਾ। ਰਹੀ ਇਹਦੀ ਜਿਹੜੀ ਸੜਕ ਦੀ, ਕੋਈ ਕਹਿੰਦਾ ਮਾਤਾ ਨੈਣਾ ਦੇਵੀ ਦੀ, ਮੈਂ ਸਾਲ ਪਹਿਲਾਂ ਇਹਦੇ ਉੱਥੇ ਗਿਆ ਸੀਗਾ, ਠੀਕ ਹੈ, ਅਤੇ ਮੇਰਾ ਇੱਕ ਵਾਅਦਾ ਸੀ, ਇਹ ਕਹਿੰਦਾ ਮਹੀਨੇ 'ਚ ਬਣਾਓ। ਦੇਖੋ ਸਰਕਾਰ ਦੀਆਂ ਜੋ ਹਦਾਇਤਾਂ ਨੇ, ਜੋ ਵੀ ਕੰਮ ਹੋਣਾ ਸਰਕਾਰੀ ਕੰਮ, ਉਹ ਹਦਾਇਤਾਂ ਮੁਤਾਬਕ ਅਤੇ ਸਿਸਟਮ ਨਾਲ, ਰੂਲ ਰੈਗੂਲੇਸ਼ਨ ਨਾਲ ਹੋਣਾ। ਟੈਂਡਰ ਪਾਇਆ ਹੋਇਆ, ਉਹਦਾ ਟੈਂਡਰ ਲੱਗਿਆ ਹੋਇਆ, ਜਿਹਦਾ ਤੁਸੀਂ ਦੇਖ ਵੀ ਸਕਦੇ ਹੋ।
ਡੀ ਸੀ ਸਾਹਿਬ ਕੋਲੋਂ 14-2 ਨੂੰ 5,70,000 ਰੁਪਏ ਦੀ ਵਾਰਡ ਨੰਬਰ 22 ਵਿੱਚ ਨੈਣਾ ਦੇਵੀ ਮੰਦਰ ਵਾਲੀ ਗਲੀ ਟਾਈਲਾਂ ਕੈਓਟ ਰੋਡ 5,70,000 ਰੁਪਇਆ 14-2 ਨੂੰ ਇਹ ਸੜਕ ਦਾ ਟੈਂਡਰ ਹੋ ਚੁੱਕਿਆ ਜੋ ਕਿ ਕੁਛ ਸਮੇਂ ਸ਼ੁਰੂ ਵੀ ਹੋ ਜਾਣ। ਜਿਹੜਾ ਇਲਜ਼ਾਮ ਹੈ ਜੀ ਤਾਂ ਹੁਣ ਜੋ ਮਰਜ਼ੀ ਕਹਿ ਲਓ, ਇਹ ਤਾਂ ਪਾਰਟੀ ਦਾ ਅਕਸ ਖਰਾਬ ਕਰ ਰਿਹਾ ਸਾਡਾ ਕਾਂਗਰਸ ਪਾਰਟੀ ਦਾ। ਇਹਨੇ ਕੀ ਹੈ ਵੀ ਆਪਣੇ ਆਪ ਨੂੰ ਜੁਆਇਨ ਕਰਾਉਣਾ ਚਾਹੁੰਦਾ ਦੁਬਾਰਾ। ਸਾਡੇ ਕੋਲ ਰਾਤ 9 ਵਜੇ ਇਨਫੋਰਮੇਸ਼ਨ ਆਈ ਹੈ, ਜਿਹੜੀ ਉਹ ਇਨਕੁਆਇਰੀ ਆ ASI ਮਨਮੋਹਨ ਸਿੰਘ ਨੂੰ ਮਾਰਕ ਕੀਤੀ ਗਈ ਹੈ, ਜਿਸ ਸੰਬੰਧ 'ਚ ਮੈਂ ਵੀ ਹੁਣ ਮੌਕੇ 'ਤੇ ਜਾ ਕੇ ਆਇਆ, ਪੜਤਾਲ ਕਰਕੇ ਆਇਆ। ਮੈਟਰ ਅਜੇ ਅੰਡਰ ਇਨਕੁਆਇਰਡ ਹੈ ਅਤੇ ਬਾਅਦ ਇਨਕੁਆਇਰੀ ਜਿਸ ਜੋ ਵੀ ਅਸਲੀਅਤ ਹੋਵੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਕੋਈ ਸਰ ਰਾਜਨੀਤਿਕ ਦਬਾਅ ਉਸ ਕੇਸ ਦੇ ਵਿੱਚ? ਨਹੀਂ ਨਹੀਂ, ਕੋਈ ਐਸਾ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਗੀ, ਜੋ ਅਸਲੀਅਤ ਜੋ ਮੈਟਰ ਦੇ ਹਿਸਾਬ 'ਤੇ ਜੋ ਸੱਚ ਉਹ ਵੀ ਕਾਰਵਾਈ ਹੋਊਗੀ।